ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਂ ਤੁਹਾਨੂੰ ਬੜੇ ਸ਼ਾਰਟ ਨੋਟ 'ਤੇ ਬੇਨਤੀ ਕੀਤੀ, ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰਕੇ ਸਾਡੀ ਗੱਲ ਸੁਣਨ ਲਈ ਹਾਜ਼ਰੀ ਭਰੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਮੈਂ ਅੱਜ ਦੀ ਜਿਹੜੀ ਮੁੱਖ ਗੱਲ ਆ ਉਹ ਇਹ ਹੈ ਕਿ ਕੱਲ੍ਹ ਰਾਤ ਅੱਜ ਤੜਕੇ 4 ਵਜੇ ਪੰਜਾਬ ਦਾ ਇੱਕ ਬਹੁਤ ਹੀ ਕ੍ਰਿਮੀਨਲ ਪੁਲਿਸ ਆਫਿਸਰ ਚਰਨਜੀਤ ਸਿੰਘ ਚੰਨੀ, ਉਹ ਮਤਲਬ ਉਹਦੀ ਗ੍ਰਿਫਤਾਰੀ ਹੋਈ ਹੈ। ਮੈਂ ਉਹਦੀ ਗ੍ਰਿਫਤਾਰੀ ਦਾ ਸਵਾਗਤ ਕਰਦਾ ਔਰ ਮੈਂ ਇਸ ਗੱਲ ਦਾ ਦੁੱਖ ਪ੍ਰਗਟ ਕਰਦਾ ਕਿ ਇਹ ਪੁਲਿਸ ਆਫਿਸਰ ਬਹੁਤ ਲੰਮਾ ਸਮਾਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਹੁਤ ਵੱਡੇ ਅਤੇ ਉੱਚ ਅਹੁਦਿਆਂ ਉੱਤੇ ਰਿਹਾ, ਜਿਹੜੀ ਕਿ ਬਹੁਤ ਮੰਦਭਾਗੀ ਮਤਲਬ ਗੱਲ ਹੈ। ਮੈਂ ਇਹ ਸਮਝਦਾ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਸੀ, ਬੇਅੰਤ ਸਿੰਘ ਦੀ ਸਰਕਾਰ ਦੇ ਸਮੇਂ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲੇ ਹੋਏ। ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ, ਜਿਹੜੇ ਪੁਲਿਸ ਅਧਿਕਾਰੀਆਂ ਨੇ ਬੇਗੁਨਾਹ ਬੱਚੇ ਮਾਰੇ, ਮਾਤਾਵਾਂ ਮਾਰੀਆਂ, ਨਿੱਕੇ ਨਿੱਕੇ ਮਾਸੂਮ ਬੱਚੇ ਮਾਰੇ, ਨੌਜਵਾਨ ਮਾਰੇ, ਉਹਨਾਂ ਦੇ ਖਿਲਾਫ਼ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦਾ ਯਤਨ ਕਰਾਂਗੇ। ਪਰ ਅਫਸੋਸ ਹੈ ਕਿ ਕਿਸੇ ਇੱਕ ਮੁਕੱਦਮੇ ਦੇ ਵਿੱਚ ਵੀ ਪੜਤਾਲ ਨਹੀਂ ਕਰਾਈ ਗਈ, ਸਗੋਂ ਉਲਟਾ ਬਹੁਤ ਸਾਰੇ ਐਸੇ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਬੇਗੁਨਾਹ ਬੱਚਿਆਂ ਨੂੰ ਕਤਲ ਕੀਤਾ, ਮਾਪਿਆਂ ਨੇ ਆਪਣੇ ਤੌਰ ਉੱਤੇ ਤਾਂ ਉਹਨਾਂ ਦੇ ਖਿਲਾਫ਼ ਕੇਸ ਦਰਜ ਕਰਵਾ ਕੇ ਕੋਰਟ ਦੀ ਪ੍ਰਕਿਰਿਆ ਦੇ ਨਾਲ ਸਜ਼ਾਵਾਂ ਦਿਵਾਉਣ ਦਾ ਯਤਨ ਕੀਤਾ, ਲੇਕਿਨ ਬਤੌਰ ਪੋਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਔਰ ਅਕਾਲੀ ਸਰਕਾਰ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਚਰਨਜੀਤ ਸਿੰਘ ਚੰਨੀ ਵਰਗੇ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਹੌਸਲੇ ਇੰਨੇ ਵੱਧ ਗਏ, ਇੱਥੋਂ ਤੱਕ ਚਲੇ ਗਏ ਕਿ ਉਹਨਾਂ ਨੇ ਕੋਟਕਪੁਰੇ ਅਤੇ ਬਹਿਬਲ ਪ੍ਰਕਾਂਡ ਦੇ ਵਿੱਚ, ਬਹਿਬਲਪੁਰ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵਿੱਚ 2 ਸਿੱਖ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਰਕਾਰ ਬਦਲੀ, ਨਵੀਂ ਸਰਕਾਰ ਨੇ ਉਹਨਾਂ ਦੇ ਖਿਲਾਫ਼ IST ਬਣਾਈ ਅਤੇ ਉਹਨੇ ਉਹ ਪੜਤਾਲ ਕਰਦੀ ਹੈ ਅਤੇ ਪੜਤਾਲ ਕਰਨ ਤੋਂ ਬਾਅਦ ਉਹਨਾਂ ਨੇ ਕੋਰਟ ਦੇ ਵਿੱਚ ਜਾ ਕੇ ਰਾਹਤ ਮੰਗਣ ਦਾ ਯਤਨ ਕੀਤਾ, ਉਹਨਾਂ ਨੂੰ ਰਾਹਤ ਨਹੀਂ ਮਿਲੀ ਅਤੇ ਹੁਣ ਉਹ ਦੇਸ਼ ਛੱਡਣ ਦੇ ਯਤਨਾਂ ਵਿੱਚ ਸਨ, ਦੇਸ਼ ਵਿੱਚੋਂ ਭੱਜਣਾ ਚਾਹੁੰਦੇ ਸਨ। ਅਤੇ ਰਾਤ ਉਹਨਾਂ 'ਚੋਂ ਇੱਕ ਬੰਦਾ ਚਰਨਜੀਤ ਸਿੰਘ ਚੰਨੀ ਪੁਲਿਸ ਨੇ ਫੜਿਆ ਅਤੇ ਮੈਂ ਇਹਦਾ ਸਵਾਗਤ ਕਰਦਾ ਔਰ ਇਸੇ ਤਰ੍ਹਾਂ ਜਿਨ੍ਹਾਂ ਦੇ ਖਿਲਾਫ਼ ਹੋਰ ਪਰਚੇ ਵਿੱਚ ਨਾਂ ਦਰਜ ਨੇ, ਭਾਵੇਂ ਉਹ ਕੋਈ ਵੀ ਹੈ, ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੀ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ, ਉਹਨਾਂ ਦੇ ਏਅਰਪੋਰਟਾਂ ਦੇ ਉੱਤੇ ਉਹਨਾਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਇਸ਼ਤਿਹਾਰ ਲੱਗਣੇ ਚਾਹੀਦੇ ਨੇ ਤਾਂ ਕਿ ਉਹ ਕਿਸੇ ਵਿਦੇਸ਼ਾਂ ਵਿੱਚ ਨਾ ਭੱਜ ਜਾਣ, ਐਸਾ ਯਤਨ ਕਰਨਾ ਚਾਹੀਦਾ। ਇਹ ਚਰਨਜੀਤ ਸਿੰਘ ਚੰਨੀ ਦੇ ਉੱਤੇ ਦੋਸ਼ ਨੇ, ਪਹਿਲਾਂ ਵੀ ਇਹਨੇ ਬਹੁਤ ਸਾਰੇ ਮਤਲਬ ਨੌਜਵਾਨ ਜਿਹੜੇ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਨੇ, ਥਾਣੇਦਾਰ ਹੁੰਦਿਆਂ, DSP ਹੁੰਦਿਆਂ,
ਫਿਰ SP ਹੁੰਦਿਆਂ, ਫਿਰ SSP ਹੁੰਦਿਆਂ ਹੋਇਆਂ। ਅਤੇ ਸਾਡੀ ਪਾਰਟੀ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ, ਮੈਨੂੰ ਦੁੱਖ ਹੈ ਇਸ ਗੱਲ ਦਾ, ਅਫਸੋਸ ਨਾਲ ਕਹਿਣਾ ਪੈ ਰਿਹਾ, ਕਿ ਜਿਸ ਅਕਾਲੀ ਦਲ ਲਈ ਮੈਂ 17 ਸਾਲ ਤੋਂ ਲਗਾਤਾਰ ਕੈਦ ਕੱਟਦਾ ਰਿਹਾ, ਅਤੇ ਜਿਹੜੀ ਅਕਾਲੀ ਸਰਕਾਰ ਦੇ ਵਿੱਚ ਮੈਂ ਮਤਲਬ ਸਰਕਾਰ ਬਣਾਉਣ ਲਈ ਮੈਂ ਸਭ ਤੋਂ ਵੱਧ ਜੱਦੋਜਹਿਦ ਕੀਤੀ, ਉਸ ਅਕਾਲੀ ਸਰਕਾਰ ਦੇ ਵਿੱਚ ਇਹ ਫਤਿਹਗੜ੍ਹ ਸਾਹਿਬ DSP ਸੀ ਚਰਨਜੀਤ ਸਿੰਘ ਚੰਨੀ, ਇਹਨੇ ਮੇਰੀ ਪੱਗ ਲਾਹੀ ਸੀ ਇਸ ਬੰਦੇ ਨੇ ਅਕਾਲੀ ਸਰਕਾਰ ਦੇ ਅੰਦਰ। ਅਤੇ ਦੁੱਖ ਇਸ ਗੱਲ ਦਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਪੁਲਿਸ ਅਫਸਰਾਂ ਨੂੰ, ਜਿਨ੍ਹਾਂ ਉੱਤੇ ਇਹ ਦੋਸ਼ ਸੀ ਕਿ ਇਹ ਬੰਦੇ ਕ੍ਰਿਮੀਨਲ ਨੇ, ਇਹਨਾਂ ਨੇ ਸਿੱਖਾਂ ਦੇ ਪੁੱਤਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, ਇਹ ਦੋਸ਼ ਲੱਗਦੇ ਰਹੇ ਨੇ, ਇਹਨਾਂ ਨੂੰ ਖੁੱਡੇ ਲੈਣ ਲਾਉਣ ਦੀ ਬਜਾਏ ਇਹਨਾਂ ਨੂੰ ਮਤਲਬ ਪੁਲਿਸ ਫੋਰਸ ਵਿੱਚੋਂ ਕੱਢਣ ਦੀ ਬਜਾਏ, ਕਿਉਂਕਿ ਕ੍ਰਿਮੀਨਲ ਕਿਸਮ ਦੇ ਲੋਕ ਸੀ, ਇਹਨਾਂ ਨੂੰ ਬੜੇ ਵੱਡੇ ਉੱਚ ਅਹੁਦਿਆਂ ਉੱਤੇ ਬਿਠਾਇਆ, SSP ਰੈਂਕ ਤੱਕ ਇਹਨਾਂ ਨੂੰ ਭਜਾਇਆ ਬਿਠਾਇਆ ਔਰ ਨਵਾਜਿਆ। ਅਤੇ ਸਮੇਧ ਸੈਣੀ ਵਰਗਾ ਬੰਦਾ ਜਿਹਨੇ ਬਲਵਿੰਦਰ ਸਿੰਘ ਜਟਾਣੇ ਦਾ ਸਾਰਾ ਪਰਿਵਾਰ ਮਾਰਿਆ, ਉਹਨੂੰ DGP ਤੱਕ ਲਾਇਆ, ਇਹ ਗੱਲ ਜਦੋਂ ਮਤਲਬ ਮੇਰੇ ਵਰਗੇ ਟਕਸਾਲੀ ਅਕਾਲੀ ਨੂੰ ਜਿਹਨੇ ਕੁਰਬਾਨੀ ਕੀਤੀ, ਜਿਹਨੇ ਜੱਦੋਜਹਿਦ ਕੀਤੀ, ਜਿਹਨੇ ਲੜਾਈ ਲੜੀ, ਉਹਨੂੰ ਜਦੋਂ ਮਤਲਬ ਇਹੋ ਜਿਹੇ ਲੋਕਾਂ ਦਾ ਪਤਾ ਲੱਗਦਾ ਕਿ ਐਡੇ ਐਡੇ ਰੁਤਬਿਆਂ 'ਤੇ ਪਹੁੰਚੇ ਨੇ, ਜਿਨ੍ਹਾਂ ਨੇ ਸਾਡੇ 'ਤੇ ਤਸ਼ੱਦਦ ਕੀਤਾ, ਤਾਂ ਸਾਨੂੰ ਚੀਸ ਪੈਂਦੀ ਹੈ, ਸਾਨੂੰ ਨਮੋਸ਼ੀ ਸਹਿਣੀ ਪੈਂਦੀ ਹੈ, ਜਦੋਂ ਇਹ ਕੋਈ ਇਹ ਕਹਿੰਦਾ ਕਿ ਉਹ ਸਭ ਤੋਂ ਬੜਾ ਕਾਤਲ ਹੈ, ਉਹ ਤੁਹਾਡੀ ਸਰਕਾਰ ਦੇ ਵੀ ਸਭ ਤੋਂ ਵੱਡੇ ਅਹੁਦੇ ਉੱਤੇ ਬੈਠਾ ਹੈ। ਇਜ਼ਹਾਰ ਆਲਮ ਜਿਹਨੇ ਸਭ ਤੋਂ ਵੱਧ ਮੁੰਡੇ ਮਾਰੇ, ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਗਿਆ, ਉਹਦੀ ਘਰਵਾਲੀ ਨੂੰ MLA ਬਣਾਇਆ ਗਿਆ। ਇਹ ਗੱਲਾਂ ਨੇ ਅਕਾਲੀ ਦਲ ਦਾ ਸਤਿਕਾਰ ਜਿਹੜਾ ਸੀ, ਰਿਸਪੈਕਟ ਜਿਹੜੀ ਸੀ, ਉਹ ਖਤਮ ਕਰ ਦਿੱਤੀ ਗਈ, ਖਤਮ ਕਰ ਦਿੱਤੀ। ਔਰ ਜਿਹਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਬਲਵਿੰਦਰ ਸਿੰਘ ਆਪਣਾ ਕੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਅਜਨਾਲਾ ਸਾਹਿਬ, ਸੇਵਾ ਸਿੰਘ ਸੇਖਮਾ ਅਤੇ ਕੱਲ੍ਹ ਢੀਂਡਸਾ ਸਾਹਿਬ ਨੇ ਬੜੇ ਠੋਕਵੇਂ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਦਲ ਦੇ ਇਹਨਾਂ ਲੀਡਰਾਂ ਦਾ ਸਤਿਕਾਰ ਨਹੀਂ ਰਿਹਾ, ਜਿਸ ਕਰਕੇ ਅੱਜ ਚੋਣ ਲੜਨ ਨੂੰ ਚਿੱਤ ਨਹੀਂ ਕਰਦਾ। ਅਤੇ ਜਦੋਂ ਇਹੋ ਜਿਹੀਆਂ ਗੱਲਾਂ ਵਾਪਰ ਲੱਗ ਜਾਣ, ਤਾਂ ਮੈਂ ਸਮਝਦਾ ਅਕਾਲੀ ਦਲ ਦੇ ਸਤਿਕਾਰ 'ਚ ਫਰਕ ਪੈਣਾ ਕੁਦਰਤੀ ਸੀ। ਸੋ ਮੈਂ ਮਤਲਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਚੇਚੇ ਤੌਰ 'ਤੇ ਅਪੀਲ ਕਰਨੀ ਚਾਹੁੰਦਾ ਕਿ ਇਹ ਕੋਟਕਪੁਰਾ ਅਤੇ ਬਹਿਬਲਪੁਰ ਕਲਾਂ ਕਾਂਡ ਤੱਕ ਇਹ ਗੱਲ ਨਹੀਂ ਰੱਖਣੀ ਚਾਹੀਦੀ, ਬਲਕਿ ਇਸ ਤੋਂ ਅੱਗੇ ਖੋਲ੍ਹਣੀ ਚਾਹੀਦੀ ਹੈ ਕਿ ਇਹਨਾਂ ਵਿਅਕਤੀਆਂ ਨੇ ਜਿਹੜੇ ਕ੍ਰਿਮੀਨਲ ਨੇ, ਇਹਨਾਂ ਨੇ ਪੁਲਿਸ ਫੋਰਸ ਦੇ ਅੰਦਰ ਕਾਲੀਆਂ ਭੇਡਾਂ ਜਿਹੜੀਆਂ ਨੇ, ਇਹਨਾਂ ਨੇ ਜਿਹੜੇ ਪਿਛਲੇ ਸਮੇਂ ਵਿੱਚ ਵੀ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ, ਨਿੱਕੇ ਨਿੱਕੇ ਮਾਸੂਮ ਬੱਚੇ ਮਾਰੇ, ਮਾਤਾਵਾਂ ਮਾਰੀਆਂ, ਭੈਣਾਂ ਮਾਰੀਆਂ, ਧੀਆਂ ਦੀ ਰੇਪ ਕੀਤੇ, ਇਹਨਾਂ ਸਾਰਿਆਂ ਦੇ ਖਿਲਾਫ਼ ਖੁੱਲ੍ਹੀ ਮਤਲਬ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਇੱਕ ਇਮਾਨਦਾਰ, ਮਿਹਨਤੀ ਅਤੇ ਸ਼ਰੀਫ, ਲੋਕਾਂ ਨੂੰ ਇਨਸਾਫ ਦਵਾਉਣ ਵਾਲੇ ਪੁਲਿਸ ਅਫਸਰਾਂ ਨੂੰ ਬਲ ਮਿਲ ਸਕੇ, ਤਾਕਤ ਮਿਲ ਸਕੇ। ਇਹ ਬੜਾ ਜ਼ਰੂਰੀ ਹੈ, ਪੰਜਾਬ ਦੀ ਪੁਲਿਸ ਦੇ ਅੰਦਰ ਆਪਰੇਸ਼ਨ ਕਰਨ ਦੀ ਜ਼ਰੂਰਤ ਹੈ ਕਿ ਮਾੜੇ ਅਨਸਰ ਜਿਹੜੇ ਸਰਕਾਰ ਨੂੰ ਬਦਨਾਮ ਕਰਦੇ ਨੇ, ਮਾੜੇ ਅਨਸਰ ਜਿਹੜੇ ਪਰਜਾ ਤੋਂ ਲੁੱਟਾਂ ਖੋਹਾਂ ਕਰਕੇ ਆਪਣਾ ਪੇਟ ਪਾਲਦੇ ਨੇ, ਢਿੱਡ ਭਰਦੇ ਨੇ, ਇਹੋ ਜਿਹੇ ਪੁਲਿਸ ਅਫਸਰਾਂ ਨੂੰ ਖੁੱਡੇ ਲੈਣ ਲਾਉਣਾ ਚਾਹੀਦਾ ਔਰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਪੁਲਿਸ ਅਫਸਰਾਂ ਨੂੰ ਜਿਹੜੇ ਇਮਾਨਦਾਰ ਨੇ, ਮਿਹਨਤੀ ਨੇ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਸਮਰੱਥਾ ਰੱਖਦੇ ਨੇ, ਜਿਨ੍ਹਾਂ ਦਾ ਜੀਵਨ ਪਾਕ ਹੈ, ਪਵਿੱਤਰ ਹੈ, ਉਹਨਾਂ ਸਾਰੇ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਹਨਾਂ ਨੂੰ ਤਰੱਕੀਆਂ ਦੇਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਇਨਾਮ ਦੇਣੇ ਚਾਹੀਦੇ ਨੇ ਅਤੇ ਕ੍ਰਿਮੀਨਲਾਂ ਨੂੰ ਪਾਸੇ ਕਰਨਾ ਚਾਹੀਦਾ।
ਇਹ 'ਚ ਨੌ ਤਾਂ ਬਾਦਲ ਦਾ ਵੀ ਆਉਂਦਾ ਜੀ, ਕਹਿੰਦਾ ਸੁਖਬੀਰ ਸਿੰਘ ਬਾਦਲ ਦਾ ਜੀ। ਦੇਖੋ ਜਿਹੜੀ ਉਹਨਾਂ ਨੇ ਸਿੱਟ ਬਿਠਾਈ ਹੈ ਉਹ ਸਿੱਟ ਇਸ ਗੱਲ ਦੀ ਪੜਤਾਲ ਕਰਦੀ ਹੈ। ਹੁਣ ਇਹ ਚਰਨਜੀਤ ਸਿੰਘ ਚੰਨੀ ਫੜਿਆ, ਚਰਨਜੀਤ ਸਿੰਘ ਚੰਨੀ ਦੀ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ ਉੱਦਾਂ ਹੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਥਰਡ ਡਿਗਰੀ ਦੇ ਨਾਲ ਇਹ ਸਿੱਖ ਨੌਜਵਾਨਾਂ ਦੀ ਕਰਦੇ ਸਨ, ਸਿੱਖ ਬੱਚਿਆਂ ਦੀ ਕਰਦੇ ਸਨ, ਜਿਵੇਂ ਉਹਨਾਂ ਦੀਆਂ ਲੱਤਾਂ ਪਾੜਦੇ ਸੀ ਅਤੇ ਜਿਵੇਂ ਉਹਨਾਂ ਦੇ ਗੁਪਤ ਅੰਗਾਂ ਦੇ ਉੱਤੇ ਇਹ ਨਮਕ ਛਿੜਕਦੇ ਰਹੇ, ਮਿਰਚਾਂ ਪਾਉਂਦੇ ਰਹੇ, ਉਸੇ ਤਰ੍ਹਾਂ ਇਹਨਾਂ ਦੀ ਇਨਵੈਸਟੀਗੇਸ਼ਨ ਹੋਵੇ, ਫਿਰ ਇਹ ਸੱਚ ਦੱਸਣ ਕਿ ਸਾਨੂੰ ਕਿਸ ਬੰਦੇ ਨੇ ਹਦਾਇਤ ਦਿੱਤੀ ਸੀ ਗੋਲੀ ਚਲਾਉਣ ਦੀ ਅਤੇ ਕਿਹਦੀਆਂ ਹਦਾਇਤਾਂ ਉੱਤੇ ਅਸੀਂ ਇਹ ਮਤਲਬ ਬੇਗੁਨਾਹ ਬੰਦੇ ਜਿਹੜੇ ਸੀ ਇਹ ਮਾਰੇ। ਜਦੋਂ ਪਹਿਲਾਂ ਕੋਟਕਪੁਰੇ ਦੇ ਵਿੱਚ ਗੋਲੀ ਚੱਲੀ, ਇੱਕ ਬੰਦਾ ਫੱਟੜ ਹੋਇਆ, ਤਾਂ ਉਸ ਤੋਂ ਬਾਅਦ ਇਹਨਾਂ ਨੇ ਭੰਗੜੇ ਪਾਏ, ਫਿਰ ਉਹ ਸੈਣੀ ਦੀ ਹਦਾਇਤ ਦੇ ਉੱਤੇ ਫਿਰ ਇਹਨਾਂ ਨੇ ਅੱਗੇ ਬਹਿਬਲ ਪ੍ਰਕੰਡ ਕਾਂਡ ਦੇ ਵਿੱਚ, ਕਿਉਂਕਿ ਉਹ ਧਰਨਾ ਕੋਟਕਪੁਰੇ ਵਾਲਾ ਇਹਨਾਂ ਨੇ ਉਠਾ ਦਿੱਤਾ, ਇਹਨਾਂ ਨੂੰ ਲੱਗਿਆ ਵੀ ਸਾਡੇ ਕੋਲ ਬੜੀ ਵੱਡੀ ਤਾਕਤ ਆ, ਅਸੀਂ ਇਹਨਾਂ ਨੂੰ ਉਠਾ ਦਿੱਤਾ, ਫਿਰ ਇਹ ਅੱਗੇ ਬਹਿਬਲ ਕਲਾਂ ਕਾਂਡ ਇਹਨਾਂ ਨੇ ਦੁਆਰੇ ਕੀਤਾ, ਫਿਰ ਉੱਥੇ ਉਹ ਓਪਰੇਸ਼ਨ ਕਰਕੇ ਉੱਥੇ ਗੋਲੀਆਂ ਮਾਰੀਆਂ। ਸਾਨੂੰ ਅਫਸੋਸ ਇਸ ਗੱਲ ਦਾ ਵੀ ਹੈ ਕਿ ਸਾਡੀ ਸਰਕਾਰ ਸੀ, ਸਾਡੇ ਬੱਚੇ ਸੀ ਸਿੱਖਾਂ ਦੇ, ਸਾਡੇ ਗੁਰੂ ਦਾ ਅਪਮਾਨ ਹੋਇਆ। ਅਪਮਾਨ ਕਰਨ ਵਾਲੇ ਨੇ ਲਲਕਾਰ ਕੇ ਕਿਹਾ, ਅੱਜ ਉਹ ਜੇਲ੍ਹ ਦੇ ਅੰਦਰ ਆ, ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ, ਅਤੇ ਉਹ ਜਿਹੜਾ ਜਿਸ ਬੰਦੇ ਨੇ ਪਾਪ ਕਰਵਾਇਆ ਸੀ ਸੌਦੇ ਸਾਧ ਨੇ, ਉਹਦਾ ਸਾਰਾ ਜਿਹੜਾ ਸੀ ਤਖ਼ਤ ਤੋਂ ਤਾਜ ਜਿਹੜਾ ਸੀ ਉਹਦਾ ਰਾਜ ਭਾਗ ਉਹਦਾ ਸਾਰਾ ਤਹਿਸ਼ ਨਹਿਸ਼ ਹੋ ਗਿਆ। ਗੁਰੂ ਦੀ ਐਡੀ ਬੜੀ ਕਿਰਪਾ ਹੈ, ਗੁਰੂ ਦੀ ਕਰਾਮਾਤ ਨੇ ਸਾਰਾ ਤਬਾਹ ਕਰਕੇ ਰੱਖ ਦਿੱਤਾ ਉਹਦਾ ਰਾਜ ਭਾਗ, ਅੱਜ ਉਹ ਅੰਦਰ ਸਜ਼ਾ ਭੁਗਤ ਰਿਹਾ। ਅਤੇ ਉਸ ਤੋਂ ਬਾਅਦ ਸਾਡੇ ਗੁਰੂ ਦਾ ਐਡਾ ਬੜਾ ਅਪਮਾਨ ਹੋਇਆ, ਐਡਾ ਐਡਾ ਬੜਾ ਕਾਂਡ ਵਾਪਰਿਆ, ਅਸੀਂ ਕਹਿ ਦਿੱਤਾ ਜੀ ਪੁਲਿਸ ਅਣ ਪਛਾਤੀ ਸੀ ਜੀ। ਇਹ ਗੱਲ ਨੇ ਮਤਲਬ ਅਕਾਲੀ ਦਲ ਦਾ ਸਿਰਨੀਵਾ ਕੀਤਾ, ਅਕਾਲੀ ਸਰਕਾਰ ਦਾ ਸਿਰਨੀਵਾ ਕੀਤਾ। ਫਿਰ ਪੰਜੇ ਸਿੰਘ ਸਾਹਿਬਾਨ ਜਿਨ੍ਹਾਂ ਦਾ ਬਹੁਤ ਵੱਡਾ ਰੁਤਬਾ ਹੈ, ਬਹੁਤ ਪਵਿੱਤਰ ਹੈ, ਉਹਨਾਂ ਵੱਲੋਂ ਮਾਫ਼ ਕਰ ਦੇਣਾ ਉਹ ਸੌਦੇ ਸਾਧ ਨੂੰ, ਜਦੋਂ ਕਿ ਸਾਰਾ ਪੰਥ ਸਾਰਾ ਸਿੱਖ ਜਗਤ ਔਰ ਅਸੀਂ ਖੁਦ ਮੈਂ ਅਤੇ ਸਰਦਾਰ ਸੁਖਦੇਵ ਸਿੰਘ ਭੌਰ ਨੇ ਬਹੁਤ ਰੌਲਾ ਪਾਇਆ ਕਿ ਇਹ ਗੱਲਾਂ ਗਲਤ ਨਾ ਕਰੋ, ਅਤੇ ਉਹਨੂੰ ਮਾਫ਼ੀਨਾਮਾ ਦੇ ਦਿੱਤਾ ਗਿਆ ਔਰ ਫਿਰ ਮਾਫ਼ੀਨਾਮਾ ਵਾਪਸ ਲੈ ਲਿਆ ਗਿਆ। ਆਪਣੇ ਆਪ ਨੂੰ ਬੜੇ ਵੱਡੇ ਵਿਦਵਾਨ ਕਹਾਉਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਉਹ ਵੰਡੇ ਮਤਲਬ ਮਾਫ਼ੀਨਾਮੇ ਦੇ ਪੈਂਫਲੈਟ, ਜਦੋਂ ਮਾਫ਼ ਕਰਤਾ ਉਹ ਵੰਡਤੇ, ਜਦੋਂ ਵਿਡਰਾ ਕਰ ਲਿਆ ਫਿਰ ਉਹ ਵੰਡਤੇ ਬੜੇ ਵਿਦਵਾਨਾਂ ਨੇ। ਅਤੇ ਮੈਂ ਇਹ ਸਮਝਦਾ ਕਿ ਉਹ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੇ ਉਹਨੂੰ ਮਾਫ਼ੀਨਾਮਾ ਦਿੱਤਾ ਸੀ, ਉਹਨਾਂ ਜਥੇਦਾਰਾਂ ਨੂੰ ਵੀ ਪਛਤਾਪ ਕਰਨਾ ਚਾਹੀਦਾ, ਔਰ ਜਿਹੜੇ ਅੱਜ ਵੀ ਉਸ ਮਾਫ਼ੀਨਾਮੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਆਪਣੀਆਂ ਪਦਵੀਆਂ ਛੱਡਣੀਆਂ ਚਾਹੀਦੀਆਂ ਨੇ, ਘਰ ਬੈਠਣਾ ਚਾਹੀਦਾ, ਆਰਾਮ ਨਾਲ ਪੰਥ ਤੋਂ ਖਿਮਾ ਮੰਗ ਲੈਣੀ ਚਾਹੀਦੀ ਹੈ, ਉਹਨਾਂ ਲੋਕਾਂ ਨੂੰ ਖਿਮਾ ਮੰਗ ਕੇ ਆਪਣਾ ਆਰਾਮ ਨਾਲ ਘਰ ਬੈਠਣਾ ਚਾਹੀਦਾ। ਇੱਕ ਜੱਜ ਨੇ ਇਨਸਾਫ ਕੀਤਾ, ਲੇਕਿਨ ਤਖ਼ਤਾਂ ਦੇ ਜਥੇਦਾਰ ਜਿਹੜੇ ਸੱਚ ਦੀ ਪਦਵੀ 'ਤੇ ਬੈਠੇ ਨੇ ਉਹਨਾਂ ਨੇ ਉਹ ਸਹੀ ਫੈਸਲਾ ਨਹੀਂ ਦਿੱਤਾ, ਔਰ ਉਹਨਾਂ ਦੇ ਝੂਠ ਨੇ ਕੌਮ ਦਾ ਸਰਨੀ